ਕਾਰਡੀਓਵੈਸਕੁਲਰ ਡਿਜ਼ੀਜ਼ ਤੇ ਦਿਲ ਦੀਆਂ ਬਿਮਾਰੀਆਂ ਬਾਰੇ ਬੜੀ ਸਾਰੀ ਜਾਣਕਾਰੀ ਆਪਾਂ ਸ਼ੇਅਰ ਕਰ ਚੁੱਕੇ ਹਾਂ, ਤੁਸੀਂ ਵੀ ਪਿਛਲੀਆਂ ਸਾਰੀਆਂ ਵੀਡੀਓਸ ਇਸ ਪਲੇਲਿਸਟ ਦੇ ਵਿੱਚ ਦੇਖ ਚੁੱਕੇ ਹੋ। ਲੇਕਿਨ ਕਿੰਨਾ ਚੰਗਾ ਹੋਵੇ ਅਗਰ ਇਹਨਾਂ ਸਾਰੀਆਂ ਵੀਡੀਓਸ ਦਾ ਨਿਚੋੜ, ਇਹਨਾਂ ਸਾਰੀਆਂ ਵੀਡੀਓਸ ਦਾ ਸਾਰ ਅਗਰ ਇੱਕ ਵੀਡੀਓ ਦੇ ਵਿੱਚ ਸਾਨੂੰ ਮਿਲ ਜਾਏ। ਅੱਜ ਦੀ ਇਹ ਵੀਡੀਓ ਬਹੁਤ ਹੀ ਜ਼ਰੂਰੀ ਅਤੇ ਬਹੁਤ ਹੀ ਪਾਵਰਫੁੱਲ ਵੀਡੀਓ ਹੋਣ ਵਾਲੀ ਹੈ, ਕਿਉਂਕਿ ਪਿਛਲੀ ਸਾਰੀ ਇਨਫੋਰਮੇਸ਼ਨ ਜਿੰਨੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਸਾਰਿਆਂ ਨੂੰ ਇਕੱਠਾ ਕਰਕੇ ਉਹਦਾ ਨਿਚੋੜ ਅੱਜ ਇਸ ਇੱਕ ਵੀਡੀਓ ਦੇ ਵਿੱਚ ਪਾ ਦਿੱਤਾ ਆ। ਅਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਡਿਸਾਈਡ ਕਰਾਂਗੇ ਕਿ ਇੱਕ ਦਿਲ ਦੇ ਮਰੀਜ਼ ਵਾਸਤੇ ਡਾਇਟਰੀ ਗਾਈਡਲਾਈਨਸ ਕਿਸ ਪ੍ਰਕਾਰ ਦੀਆਂ ਹੋਣੀਆਂ ਚਾਹੀਦੀਆਂ ਆ। ਸੋ ਪੂਰੀ ਵੀਡੀਓ ਦੇਖਣ ਲਈ ਵੀਡੀਓ ਨਾਲ ਬਣੇ ਰਹੋ। ਸਤਿਕਾਲ ਦੋਸਤੋ, ਮੈਂ ਹਾਂ ਤੁਹਾਡਾ ਨਿਊਟ੍ਰੀਸ਼ਨਿਸਟ ਕਮਲਦੀਪ ਸਿੰਘ ਔਜਲਾ, ਇਰੂਡਾਈਟ ਨਿਊਟ੍ਰੀਸ਼ਨ ਤੋਂ ਲੈ ਕੇ ਆਇਆ ਤੁਹਾਡੇ ਵਾਸਤੇ ਅਗਲੀ ਵੀਡੀਓ। ਕਾਰਡੀਓਵੈਸਕੁਲਰ ਡਿਜ਼ੀਜ਼ ਦੀ ਪਲੇਲਿਸਟ ਦੇ ਵਿੱਚ ਇਹ ਵੀਡੀਓ ਆਖਰੀ ਵੀਡੀਓ ਹੋਏਗੀ, ਕਿਉਂਕਿ ਇਸ ਵੀਡੀਓ ਦੇ ਵਿੱਚ ਪਿਛਲੇ ਸਾਰੀਆਂ ਵੀਡੀਓਜ਼ ਦਾ ਸਾਰ ਅਸੀਂ ਪਾ ਦੇਣਾ ਆ। ਜੇ ਤੁਸੀਂ ਪਿਛਲੀਆਂ ਵੀਡੀਓਜ਼ ਨਹੀਂ ਦੇਖੀਆਂ ਤਾਂ ਇਸ ਚੈਨਲ ਦੇ ਉੱਪਰ ਜਾ ਕੇ ਫੇਸਬੁੱਕ, ਇੰਸਟਾਗ੍ਰਾਮ ਜਾਂ ਕਾਰਡੀਓਵੈਸਕੁਲਰ ਡਿਜ਼ੀਜ਼ ਦੀਆਂ ਸਾਰੀਆਂ ਵੀਡੀਓਜ਼ ਪਲੇਲਿਸਟ ਵਾਲੀਆਂ ਜ਼ਰੂਰ ਦੇਖੋ ਤਾਂ ਕਿ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਹੋ ਸਕੇ। ਅਗਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਨੋਟੀਫਿਕੇਸ਼ਨ ਬੈਲ ਆਈਕਨ ਦੱਬੋ। ਅਗਰ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਉੱਪਰ ਤੁਸੀਂ ਇਰੂਡਾਈਟ ਨਿਊਟ੍ਰੀਸ਼ਨ ਨੂੰ ਫੋਲੋ ਨਹੀਂ ਕਰਦੇ ਤਾਂ ਯਾਦ ਰੱਖਿਓ ਬਹੁਤ ਸਾਰਾ ਅੱਛਾ ਕੰਟੈਂਟ ਆ ਜਿਹੜਾ ਤੁਸੀਂ ਹੋ ਸਕਦਾ ਹੈ ਮਿਸ ਕਰ ਜਾਓ। ਸੋ ਫੇਸਬੁੱਕ, ਇੰਸਟਾਗ੍ਰਾਮ 'ਤੇ ਮੈਨੂੰ ਫੋਲੋ ਕਰਨਾ ਨਾ ਭੁੱਲਿਓ। ਹਾਰਟ ਦੀ ਬਿਮਾਰੀ ਦੇ ਮਰੀਜ਼ ਨੂੰ ਕਿਸ ਪ੍ਰਕਾਰ ਦਾ ਖਾਣਾ ਖਾਣਾ ਚਾਹੀਦਾ ਹੈ, ਉਹਦੀਆਂ ਡਾਇਟਰੀ ਗਾਈਡਲਾਈਨਸ ਕਿਸ ਪ੍ਰਕਾਰ ਦੀਆਂ ਹੋਣੀਆਂ ਚਾਹੀਦੀਆਂ ਹੈ, ਕਿਹੜੀਆਂ ਚੀਜ਼ਾਂ ਉਹਨੂੰ ਖਾਣੇ 'ਚ ਖਾਣੀਆਂ ਚਾਹੀਦੀਆਂ ਆ ਅਤੇ ਕਿਹੜੀਆਂ ਚੀਜ਼ਾਂ ਉਹਦੇ ਲਈ ਪੱਕੇ ਤੌਰ 'ਤੇ ਮਨ੍ਹਾ ਆ, ਆਓ ਦੇਖੀਏ। ਇਸ ਤੋਂ ਪਹਿਲਾਂ ਆਪਾਂ ਖਾਣੇ ਬਾਰੇ ਗੱਲ ਕਰੀਏ, ਦੋ ਬੜੀਆਂ ਜ਼ਰੂਰੀ ਚੀਜ਼ਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। ਪਹਿਲੀ ਚੀਜ਼ ਪ੍ਰੀਵੈਂਸ਼ਨ, ਯਾਨੀ ਕਿ ਰੋਕਥਾਮ ਜਾਂ ਬਚਾਅ ਵਾਸਤੇ ਜਿਹੜੀਆਂ ਚੀਜ਼ਾਂ ਸਾਡੇ ਲਈ ਜ਼ਰੂਰੀ ਆ। ਮੈਨੇਜ ਕਰਾਂਗੇ ਬਲੱਡ ਸ਼ੂਗਰ ਨੂੰ, ਬਲੱਡ ਪ੍ਰੈਸ਼ਰ ਨੂੰ ਅਤੇ ਆਪਣੇ ਲਿਪਿਡਸ ਨੂੰ, ਯਾਨੀ ਕਿ ਖੂਨ ਦੇ ਵਿੱਚ ਜਿਹੜੀ ਚਰਬੀ ਆ ਉਹਨਾਂ ਨੂੰ। ਬਲੱਡ ਸ਼ੂਗਰ ਨੂੰ ਡਾਊਨ ਰੱਖਾਂਗੇ ਜਿੰਨਾ ਹੋ ਸਕੇ, ਬਲੱਡ ਪ੍ਰੈਸ਼ਰ ਨੂੰ ਨੋਰਮਲ ਰੱਖਾਂਗੇ ਜਿੰਨਾ ਹੋ ਸਕੇ, ਅਤੇ ਲਿਪਿਡਸ ਦੇ ਵਿੱਚ ਟ੍ਰਾਈਗਲਿਸਰਾਈਡਸ ਅਤੇ VLDL ਨੂੰ ਡਾਊਨ ਰੱਖਾਂਗੇ, ਜਦਕਿ HDL ਜਿਹੜਾ ਲਾਈਪੋਪ੍ਰੋਟੀਨ ਹੈ, ਹਾਈ ਡੈਂਸਿਟੀ ਲਾਈਪੋਪ੍ਰੋਟੀਨ, ਇਹਨੂੰ ਆਪਾਂ ਅਪ ਰੱਖਣ ਦੀ ਕੋਸ਼ਿਸ਼ ਕਰਾਂਗੇ। ਇਹ ਚੀਜ਼ਾਂ ਕਿੱਦਾਂ ਹੋਣਗੀਆਂ? ਜਦੋਂ ਤੁਸੀਂ ਆਪਣੇ ਲਾਈਫ ਸਟਾਈਲ ਦੇ ਵਿੱਚ ਬਦਲਾਵ ਕਰੋਗੇ, ਸਹੀ ਸਮੇਂ ਦੇ ਉੱਪਰ ਸੌਵੋਗੇ, ਐਕਸਰਸਾਈਜ਼ ਕਰੋਗੇ ਅਤੇ ਟੈਂਸ਼ਨ, ਪਰੇਸ਼ਾਨੀ, ਸਟ੍ਰੈਸ ਜਿਹੜੀ ਹੈ ਉਹ ਨਹੀਂ ਲਓਗੇ, ਉਦੋਂ ਤੁਹਾਡੇ ਇਹਨਾਂ ਚੀਜ਼ਾਂ ਦੇ ਵਿੱਚ ਬਿਹਤਰ ਜਿਹੜੇ ਆ ਰਿਜ਼ਲਟ ਤੁਹਾਨੂੰ ਮਿਲਣੇ ਸ਼ੁਰੂ ਹੋ ਜਾਣਗੇ। ਡਾਇਟ ਦੇ ਮਾਮਲੇ 'ਚ ਅਗਰ ਆਪਾਂ ਗੱਲ ਕਰ ਲਈਏ ਤਾਂ ਆਓ ਇੱਥੋਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਸਬਜ਼ੀਆਂ ਦੇ ਬਾਰੇ, ਵੈਜੀਟੇਬਲ। ਹਾਰਟ ਦੇ ਮਰੀਜ਼ ਨੂੰ ਰੋਜ਼ਾਨਾ ਘੱਟੋ ਘੱਟ 6 ਤੋਂ 8 ਕੌਲੀਆਂ ਸਬਜ਼ੀ ਦੀਆਂ ਖਾਣੀਆਂ ਚਾਹੀਦੀਆਂ। ਇਹਦੇ ਵਿੱਚ ਮੌਸਮ ਦੇ ਆਧਾਰ ਦੇ ਉੱਪਰ ਬੇਸਡ ਸਾਰੀਆਂ ਸਬਜ਼ੀਆਂ ਆ ਜਾਂਦੀਆਂ। ਕੁਝ ਸਬਜ਼ੀਆਂ ਜਿਹੜੀਆਂ ਸਾਨੂੰ ਨਹੀਂ ਖਾਣੀਆਂ ਚਾਹੀਦੀਆਂ ਉਹ ਹੈ ਜਿਵੇਂ ਕਿ ਆਲੂ, ਅਰਬੀ, ਜਿਮੀਕੰਦ, ਇਹੋ ਜਿਹੀਆਂ ਸਬਜ਼ੀਆਂ, ਕਿਉਂਕਿ ਇਹਨਾਂ ਦੇ ਵਿੱਚ ਫਾਈਬਰ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਸਟਾਰਚ ਬੜੀ ਜਲਦੀ ਸ਼ੂਗਰ ਦੇ ਵਿੱਚ ਕਨਵਰਟ ਹੋ ਕੇ ਸਾਡੇ ਖੂਨ ਨੂੰ ਗਾੜਾ ਕਰ ਦਿੰਦਾ। ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ, ਜੇ ਹਾਰਟ ਦੇ ਨਾਲ ਤੁਹਾਨੂੰ ਸ਼ੂਗਰ ਦੀ ਪ੍ਰੋਬਲਮ ਆ ਫਿਰ ਤਾਂ ਆਲੂ, ਅਰਬੀ, ਜਿਮੀਕੰਦ ਬਿਲਕੁਲ ਹੀ ਮਨਾ ਆ ਤੁਹਾਨੂੰ। ਅਗਰ ਸ਼ੂਗਰ ਨਹੀਂ ਹੈ ਫਿਰ ਵੀ ਉਹਨਾਂ ਨੂੰ ਘੱਟ ਤੋਂ ਘੱਟ ਮਾਤਰਾ ਦੇ ਵਿੱਚ ਹੀ ਖਾਓ। ਇਸ ਤੋਂ ਇਲਾਵਾ ਬਾਕੀ ਸਾਰੀਆਂ ਸਬਜ਼ੀਆਂ ਤੁਹਾਡੇ ਲਈ ਚੰਗੀਆਂ ਆ। ਸਭ ਤੋਂ ਜ਼ਰੂਰੀ ਇੱਕ ਸਬਜ਼ੀ ਦਾ ਮੈਂ ਐਸਾ ਜ਼ਿਕਰ ਕਰੂੰਗਾ ਜੋ ਕਿ ਤੁਹਾਨੂੰ ਰੋਜ਼ਾਨਾ ਸਲਾਦ ਦੇ ਰੂਪ 'ਚ ਇੱਕ ਪੀਸ ਖਾਣਾ ਹੀ ਚਾਹੀਦਾ ਹੈ। ਉਹ ਸਬਜ਼ੀ ਹੈ ਬੀਟਰੂਟ, ਯਾਨੀ ਕਿ ਚਕੰਦਰ। ਸਾਰਾ ਸਾਲ ਇੱਕ ਪੀਸ ਚਕੰਦਰ ਦਾ ਸਲਾਦ ਦੇ ਰੂਪ 'ਚ ਰੋਜ਼ਾਨਾ ਖਾਓ, ਕਿਉਂਕਿ ਉਹਦੇ ਵਿੱਚ ਨਾਈਟ੍ਰਿਕ ਆਕਸਾਈਡ ਜਿਹੜਾ ਹੈ ਉਹ ਤੁਹਾਡੀਆਂ ਬਲੌਕ ਨਾੜਾਂ ਨੂੰ ਵੀ ਖੋਲ੍ਹ ਸਕਦਾ ਹੈ, ਖੋਲ੍ਹਣ ਦੀ ਸ਼ਮਤਾ ਰੱਖਦਾ ਹੈ, ਨਾੜਾਂ ਨੂੰ ਰਿਪੇਅਰ ਵੀ ਕਰਦਾ ਹੈ। ਪਰ ਹੁਣ ਇਹਦਾ ਇਹ ਮਤਲਬ ਨਹੀਂ ਵੀ ਹੁਣ ਤੁਸੀਂ ਕਿਲੋਆਂ ਦੇ ਹਿਸਾਬ ਨਾਲ ਚਕੰਦਰ ਰੋਜ਼ ਖਾਣੀ ਸ਼ੁਰੂ ਕਰ ਦਿਓ, ਨਹੀਂ, ਇੱਕ ਪੀਸ ਚਕੰਦਰ ਦਾ ਖਾਓ ਪਰ ਰੋਜ਼ਾਨਾ ਖਾਓ। ਇਸ ਤੋਂ ਇਲਾਵਾ ਇੱਕ ਸਾਡੇ ਮਨ ਦੇ ਵਿੱਚ ਬੜਾ ਇਹ ਕਨਫਿਊਜ਼ਨ ਆ ਵੀ ਵਿਟਾਮਿਨ ਸੀ ਜਿਹੜਾ ਆ ਉਹ ਸਿਰਫ ਖੱਟੇ ਫਲਾਂ ਦੇ ਵਿੱਚੋਂ ਮਿਲਦਾ, ਸਿਟਰਸ ਫਰੂਟ 'ਚੋਂ ਮਿਲਦਾ, ਇੱਦਾਂ ਦੀ ਗੱਲ ਨਹੀਂ। ਵਿਟਾਮਿਨ ਸੀ ਹਾਰਟ ਦੀ ਪ੍ਰੋਬਲਮ ਵਾਸਤੇ ਬਹੁਤ ਵਧੀਆ ਆ, ਹਾਰਟ ਦੀ ਹਾਰਟ ਨੂੰ ਬਚਾਉਣ ਵਾਸਤੇ ਬਿਮਾਰੀ ਤੋਂ ਵਿਟਾਮਿਨ ਸੀ ਜਿਹੜਾ ਆ ਉਹ ਬਹੁਤ ਅੱਛਾ ਰੋਲ ਨਿਭਾਉਂਦਾ ਆ, ਅਤੇ ਵਿਟਾਮਿਨ ਸੀ ਸਾਰੀਆਂ ਹੀ ਤਕਰੀਬਨ ਸਬਜ਼ੀਆਂ 'ਚ। ਲੇਕਿਨ ਜਦੋਂ ਮੈਂ ਜ਼ਿਕਰ ਕਰਦਾ ਵੀ 6 ਤੋਂ 8 ਕੌਲੀਆਂ ਸਬਜ਼ੀ ਖਾਣੀ ਹੈ, ਮੈਂ ਤੁੜਕੇ ਵਾਲੀ ਜਾਂ ਤਲੀ ਹੋਈ ਫਰਾਈਡ ਸਬਜ਼ੀ ਦੀ ਗੱਲ ਨਹੀਂ ਕਰ ਰਿਹਾ, ਮੈਂ ਗੱਲ ਕਰ ਰਿਹਾ ਜਾਂ ਤਾਂ ਸਬਜ਼ੀ ਕੱਚੇ ਰੂਪ 'ਚ ਖਾਣੀ ਹੈ ਸਲਾਦ ਦੇ ਰੂਪ 'ਚ, ਜਾਂ ਸਬਜ਼ੀ ਨੂੰ ਸਟੀਮ ਕਰਕੇ ਖਾਣਾ ਹੈ, ਅਤੇ ਜਾਂ ਸਬਜ਼ੀ ਨੂੰ ਬੋਇਲ ਕਰਕੇ ਸੂਪ ਬਣਾ ਕੇ ਜਾਂ ਪਕਾ ਕੇ ਖਾਣਾ ਹੈ, ਠੀਕ ਹੈ। ਸੋ ਤੁੜਕੇ ਵਾਲੀ ਫਰਾਈ ਸਬਜ਼ੀ ਜਿਹੜੀ ਹੈ ਉਹ ਆਪਾਂ ਨੂੰ ਮਨ੍ਹਾ ਆ, ਲੇਕਿਨ ਸਬਜ਼ੀ ਆਪਾਂ ਖਾਣੀ ਬਹੁਤ ਜ਼ਿਆਦਾ ਹੈ, ਖੁੱਲ੍ਹੀ ਸਬਜ਼ੀ ਖਾਣੀ ਹੈ, ਠੀਕ ਹੈ।
ਅਗਲੀ ਚੀਜ਼ ਜਿਹੜੀ ਸਾਡੇ ਲਈ ਜ਼ਰੂਰੀ ਉਹ ਹੈਗੀ ਹੋਲ ਗ੍ਰੇਨ। ਹੋਲ ਗ੍ਰੇਨ ਦਾ ਮਤਲਬ ਸਾਬਤ ਅਨਾਜ, ਜਿਹੜਾ ਅਨਾਜ ਅਸੀਂ ਖਾਂਦੇ ਹਾਂ ਉਹ ਰਿਫਾਇੰਡ ਅਨਾਜ ਹੈ, ਜਿਹੜਾ ਆਟਾ ਅਸੀਂ ਖਾਂਦੇ ਹਾਂ ਉਹ ਰਿਫਾਇੰਡ ਆਟਾ ਹੈ, ਉਹਦੇ ਵਿੱਚ ਫਾਈਬਰ ਦੀ ਮਾਤਰਾ ਘੱਟ ਹੈ। ਫਾਈਬਰ ਦੀ ਮਾਤਰਾ ਜਿਹਨਾਂ ਚੀਜ਼ਾਂ ਦੇ ਵਿੱਚ ਘੱਟ ਹੈ ਉਹ ਹੈ ਮੱਕੀ, ਮੱਕੀ ਦਾ ਆਟਾ, ਚਿੱਟੇ ਚਾਵਲ ਅਤੇ ਕਣਕ, ਮੈਦਾ, ਸੂਜੀ। ਸੋ ਇਹਨਾਂ ਚੀਜ਼ਾਂ ਨੂੰ ਆਪਾਂ ਨੂੰ ਤਿਆਗ ਕੇ ਰੋਟੀ ਦੇ ਮਾਮਲੇ ਦੇ ਵਿੱਚ ਜੌਂ, ਬਾਜਰੇ ਦੀ ਰੋਟੀ ਵਿੱਚ ਘੱਟ ਮਾਤਰਾ 'ਚ ਕਣਕ ਤੁਸੀਂ ਪਾ ਸਕਦੇ ਹਾਂ, ਅਤੇ ਦਲੀਏ ਦੇ ਵਿੱਚ ਓਟਸ ਜਾਂ ਬਾਜਰਾ ਸਭ ਤੋਂ ਵਧੀਆ ਹੈ, ਅਤੇ ਜੇ ਚਾਵਲ ਖਾਣਾ ਚਾਹੁੰਦੇ ਹਾਂ ਤਾਂ ਬਰਾਊਨ ਚਾਵਲ ਅਸੀਂ ਖਾਵਾਂਗੇ। ਅਨਾਜ ਆਪਣਾ ਹਾਈ ਫਾਈਬਰ ਵਾਲਾ ਅਨਾਜ ਕਰ ਲਓ, ਲੇਕਿਨ ਹਾਈ ਫਾਈਬਰ ਵਾਲਾ ਅਨਾਜ ਵੀ ਲਿਮਿਟਡ ਮਾਤਰਾ ਵਿੱਚ ਹੀ ਖਾਣਾ ਹੈ। ਚਾਰ ਚਾਰ ਰੋਟੀਆਂ ਨਹੀਂ ਖਾਣੀਆਂ, ਦਾਲ ਸਬਜ਼ੀ ਜ਼ਿਆਦਾ ਖਾਣੀ ਹੈ, ਰੋਟੀ ਘੱਟ ਖਾਣੀ ਹੈ, ਠੀਕ ਹੈ। ਇਸ ਤੋਂ ਅੱਗੇ ਆ ਜਾਂਦਾ ਹੈ ਜੀ ਅਦਰਕ, ਲਸਣ ਅਤੇ ਹੋਰ ਮਸਾਲੇ, ਇਹ ਸਾਡੀ ਸਿਹਤ ਵਾਸਤੇ ਬੜੇ ਜ਼ਰੂਰੀ ਹੈ। ਦੇਖੋ ਲਾਲ ਮਿਰਚ, ਸੁੰਡ, ਗਰਮ ਮਸਾਲਾ ਅਤੇ ਲੌਂਗ ਇਹ ਬਲੱਡ ਪ੍ਰੈਸ਼ਰ ਵਾਲੇ ਮਰੀਜ਼ ਨੂੰ ਨੁਕਸਾਨ ਕਰਦੇ ਆ, ਸੋ ਇਹ ਮਸਾਲੇ ਸਾਨੂੰ ਜਿਹੜੇ ਆ ਅਵੋਇਡ ਕਰਨੇ ਚਾਹੀਦੇ। ਪਰ ਅਦਰਕ, ਲਸਣ ਅਤੇ ਹੋਰ ਮਸਾਲੇ ਜਿਵੇਂ ਕਿ ਹਲਦੀ, ਧਨੀਆ, ਸੌਂਫ, ਇਲਾਇਚੀ, ਇਹ ਸਾਰੇ ਹੀ ਮਸਾਲੇ ਸਾਡੇ ਹਾਰਟ ਵਾਸਤੇ ਬੜੇ ਫਾਇਦੇਮੰਦ ਆ। ਇਸੇ ਕਰਕੇ ਮੈਂ ਦਾਲ ਸਬਜ਼ੀ 'ਚ ਹਮੇਸ਼ਾ ਰੈਕਮੈਂਡ ਕਰਦਾ ਵੀ ਮਸਾਲੇ ਜ਼ਰੂਰ ਪਾਓ, ਪਰ ਪਾਓ ਜਾਇਜ਼ ਮਾਤਰਾ 'ਚ। ਲੋੜ ਤੋਂ ਜ਼ਿਆਦਾ ਤੇਜ਼ ਮਸਾਲੇ ਵੀ ਨਹੀਂ ਖਾਣੇ, ਪਰ ਬਿਲਕੁਲ ਫਿੱਕੀ ਦਾਲ ਸਬਜ਼ੀ ਵੀ ਨਹੀਂ ਖਾਣੀ। ਇਸ ਤੋਂ ਇਲਾਵਾ ਗ੍ਰੀਨ ਟੀ, ਵਾਰ ਵਾਰ ਪੰਜਾਬੀਆਂ ਨੂੰ ਬੇਨਤੀ ਕਰਦਾ ਹਾਂ, ਚਾਹ ਦਾ ਖੈੜਾ ਛੱਡ ਦਿਓ, ਗ੍ਰੀਨ ਟੀ ਪੀਆ ਕਿਉਂ ਕਰੋ, ਕਿਉਂਕਿ ਗ੍ਰੀਨ ਟੀ ਦੇ ਵਿੱਚ ਤੁਹਾਡੇ ਹਾਰਟ ਦੀਆਂ ਨਾੜਾਂ ਰਿਪੇਅਰ ਕਰਨ ਦੇ ਗੁਣ ਵੀ ਮੌਜੂਦ ਨੇ। ਇਸ ਤੋਂ ਇਲਾਵਾ ਜੈਤੂਨ ਦਾ ਤੇਲ, ਯਾਨੀ ਕਿ ਓਲਿਵ ਆਇਲ, ਓਲਿਵ ਆਇਲ ਕਿਹੜਾ, ਲੋਹੇ ਦੇ ਡੱਬੇ ਵਾਲਾ ਓਲਿਵ ਆਇਲ, ਅਤੇ ਇਸ ਓਲਿਵ ਆਇਲ ਦੇ ਨਾਲ ਆਪਣੀ ਸਬਜ਼ੀ ਨੂੰ ਤੁੜਕਾ ਨਹੀਂ ਲਾਉਣਾ, ਸਬਜ਼ੀ ਓਲਿਵ ਆਇਲ 'ਚ ਫਰਾਈ ਕਰਕੇ ਨਹੀਂ ਖਾਣੀ। ਜੇ ਤੇਲ ਗਰਮ ਕੀਤਾ, ਤੇਲ ਦੇ ਸਾਰੇ ਗੁਣਕਾਰੀ ਤੱਤ ਜਿਹੜੇ ਆ ਉਹ ਖਤਮ ਹੋ ਜਾਣਗੇ। ਇਹ ਸਾਰੀਆਂ ਚੀਜ਼ਾਂ ਵੀ ਤੁਹਾਡੇ ਡਾਇਟ ਵਿੱਚ ਰੋਜ਼ਾਨਾ ਹੋਣੀਆਂ ਚਾਹੀਦੀਆਂ ਨੇ। ਇਸ ਤੋਂ ਅੱਗੇ ਆ ਜਾਂਦਾ ਆ ਜੀ ਕੁਛ ਬਦਾਮ, ਅਖਰੋਟ ਜਾਂ ਹੋਰ ਗਿਰੀਆਂ ਅਤੇ ਬੀਜ, ਇਹਨਾਂ ਦੇ ਵਿੱਚ ਸਭ ਤੋਂ ਜ਼ਰੂਰੀ ਆ ਕਿ ਭਿਉਂ ਕੇ ਬਦਾਮ ਅਤੇ ਅਖਰੋਟ ਆਪਾਂ ਰੋਜ਼ ਖਾਈਏ, ਸਾਰਾ ਸਾਲ ਖਾਈਏ, ਇਕੱਲੇ ਸਰਦੀਆਂ ਸਰਦੀਆਂ 'ਚ ਨਾ ਖਾਈਏ। ਕੁਝ ਕੁ ਬਦਾਮ ਅਤੇ ਅਖਰੋਟਾਂ ਨੂੰ ਭਿਉਂ ਕੇ ਹਾਰਟ ਦੇ ਮਰੀਜ਼ ਨੂੰ ਰੋਜ਼ਾਨਾ ਖਾਣਾ ਚਾਹੀਦਾ, ਹਾਰਟ ਲਈ ਬਹੁਤ ਵਧੀਆ। ਇਸ ਤੋਂ ਇਲਾਵਾ ਪੀਸੇ ਹੋਏ ਚਿੱਟੇ ਤਿਲ ਅਤੇ ਅਲਸੀ ਸਾਡੇ ਹਾਰਟ ਵਾਸਤੇ ਬਹੁਤ ਵਧੀਆ, ਸਾਡੇ BP ਵਾਸਤੇ ਬਹੁਤ ਵਧੀਆ ਹੈ। ਹੁਣ ਦੇਖੋ ਬਦਾਮ, ਅਖਰੋਟ, ਤਿਲ ਅਤੇ ਅਲਸੀ, ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠਿਆਂ ਕਰਕੇ ਜੇ ਅਸੀਂ ਘਿਓ ਪਾ ਕੇ ਅਤੇ ਸ਼ੱਕਰ, ਗੁੜ, ਮਿੱਠਾ, ਖੰਡ ਪਾ ਕੇ ਇਹਦੀਆਂ ਪਿੰਨੀਆਂ ਬਣਾਤੀਆਂ ਅਤੇ ਪਿੰਨੀਆਂ ਖਾ ਲਈਆਂ, ਅਤੇ ਕੱਲ੍ਹ ਨੂੰ ਜੇ ਕੋਈ ਸਿਹਤ ਖਰਾਬ ਹੋ ਗਈ ਤਾਂ ਨਾਮ ਲਾਤਾ ਮੇਰਾ, ਵੀ ਮੈਂ ਕਿਹਾ ਸੀ ਬਦਾਮ, ਅਖਰੋਟ, ਤਿਲ, ਅਲਸੀ ਖਾਓ, ਅਤੇ ਇਹ ਤਾਂ ਫਿਰ ਗਲਤੀ ਤੁਹਾਡੀ ਹੈ ਨਾ। ਪਿੰਨੀਆਂ ਨਹੀਂ ਖਾਣੀਆਂ, ਹਾਰਟ ਦੇ ਮਰੀਜ਼ ਨੇ ਪਿੰਨੀਆਂ ਨਹੀਂ ਖਾਣੀਆਂ। ਪਿੰਨੀਆਂ ਭਾਰੀ ਆ ਤੁਹਾਡੇ ਲਈ, ਉਹ ਤੁਹਾਨੂੰ ਤੁਹਾਡੀ ਪਾਚਨ ਸ਼ਕਤੀ ਹੁਣ ਉਮਰ ਦੇ ਲਿਹਾਜ਼ ਨਾਲ ਇੰਨੀ ਵਧੀਆ ਨਹੀਂ ਹੈਗੀ। ਪਿੰਨੀਆਂ ਦਾ ਖੈੜਾ ਛੱਡੋ, ਲੇਕਿਨ ਬਦਾਮ, ਅਖਰੋਟ, ਤਿਲ, ਅਲਸੀ ਰੋਜ਼ਾਨਾ ਸਾਰਾ ਸਾਲ 12 ਮਹੀਨੇ ਤੁਹਾਨੂੰ ਜ਼ਰੂਰ ਥੋੜ੍ਹੀ ਥੋੜ੍ਹੀ ਮਾਤਰਾ ਦੇ ਵਿੱਚ ਲਗਾਤਾਰ ਖਾਣਾ ਚਾਹੀਦਾ। ਕਈਆਂ ਨੂੰ ਗਰਮੀ ਦੇ ਵਿੱਚ ਅਲਸੀ ਦੇ ਨਾਲ ਜਾਂ ਤਿਲਾਂ ਦੇ ਨਾਲ ਗਰਮੀ ਹੋ ਜਾਂਦੀ ਆ, ਉਹਨਾਂ ਵਿਅਕਤੀਆਂ ਨੂੰ ਮੈਂ ਖਾਸ ਤੌਰ 'ਤੇ ਪੁੱਛਣਾ ਚਾਹੁੰਦਾ ਵੀ ਗਰਮੀਆਂ 'ਚ ਜਦੋਂ ਅੰਬ ਦਾ ਸੀਜ਼ਨ ਆਉਂਦਾ, ਦੋ ਦੋ ਤਿੰਨ ਤਿੰਨ ਅੰਬ ਤੁਸੀਂ ਇੱਕ ਟਾਈਮ 'ਤੇ ਬੈਠੇ ਖਾ ਜਾਂਦੇ, ਉਦੋਂ ਤੁਹਾਨੂੰ ਗਰਮੀ ਨਹੀਂ ਹੁੰਦੀ। ਇਹ ਸਭ ਬਹਾਨੇਬਾਜ਼ੀ ਆ ਵੀ ਤਿਲ ਅਲਸੀ ਖਾਣ ਨਾਲ ਸਾਨੂੰ ਬਦਾਮ ਖਾਣ ਨਾਲ ਗਰਮੀ ਹੋ ਜਾਂਦੀ। ਹਾਂ, ਜੇ ਵਾਕਈ ਤੁਹਾਨੂੰ ਕੋਈ ਰਿਐਕਸ਼ਨ ਹੁੰਦੀ ਆ ਉਹ ਅਲੱਗ ਗੱਲ ਆ, ਅਗਰ ਤੁਹਾਨੂੰ ਕੋਈ ਐਲਰਜੀ ਆ ਕੋਈ ਅਲੱਗ ਗੱਲ ਆ, ਪਰ ਸਾਰਾ ਸਾਲ ਬਦਾਮ, ਤਿਲ, ਅਲਸੀ, ਅਖਰੋਟ ਜ਼ਰੂਰ ਖਾਓ। ਜੇ ਤੁਹਾਨੂੰ ਦਿੱਕਤ ਲੱਗਦੀ ਆ ਤਾਂ ਘੱਟ ਮਾਤਰਾ ਤੋਂ ਸ਼ੁਰੂ ਕਰ ਲਓ, ਪਰ ਖਾਓ ਜ਼ਰੂਰ, ਠੀਕ ਹੈ। ਲੇਕਿਨ ਪਿੰਨੀਆਂ ਬਣਾ ਕੇ ਨਹੀਂ ਖਾਣੀਆਂ, ਮੈਂ ਵਾਰ ਵਾਰ ਬੇਨਤੀ ਕਰ ਰਿਹਾ। ਇਸ ਤੋਂ ਬਾਅਦ ਇੱਕ ਚੀਜ਼ ਧਿਆਨ ਦੇਣ ਵਾਲੀ ਹੈ ਕਿ ਸਾਬਤ ਜਿਹੜੀਆਂ ਆ ਸਾਡੇ ਕੋਲ ਅਨਾਜ ਅਤੇ ਸਬਜ਼ੀਆਂ ਅਤੇ ਬਦਾਮ, ਅਖਰੋਟ, ਗਿਰੀਆਂ, ਇਹ ਸਾਰੇ ਬਹੁਤ ਹੀ ਰਿਚ, ਬਹੁਤ ਹੀ ਜ਼ਿਆਦਾ ਫਾਈਬਰ ਦੇ ਵਧੀਆ ਸੋਰਸ ਆ। ਅਤੇ ਫਾਈਬਰ ਜ਼ਿਆਦਾ ਖਾਣ ਨਾਲ ਕੀ ਹੁੰਦਾ ਹੈ, ਫਾਈਬਰ ਜ਼ਿਆਦਾ ਖਾਣ ਨਾਲ ਸਾਡਾ ਸ਼ੂਗਰ, ਸਾਡੇ BP ਅਤੇ ਸਾਡੇ ਖੂਨ ਦੇ ਜਿਹੜੇ ਲਿਪਿਡ ਆ ਉਹ ਆਟੋਮੈਟਿਕ ਕੰਟਰੋਲ 'ਚ ਰਹਿੰਦੇ ਨੇ। ਸੋ ਤੁਸੀਂ ਹਿਸਾਬ ਲਾ ਸਕਦੇ ਹਾਂ ਵੀ ਕਿੱਦਾਂ ਜੋ ਅਸੀਂ ਅਚੀਵ ਕਰਨਾ ਚਾਹੁੰਦੇ ਹਾਂ ਉਹ ਕਿੱਦਾਂ ਸਾਡੀ ਡਾਇਟ ਦੇ ਨਾਲ ਇੱਥੇ ਸੈਟਿੰਗ ਦੇ ਵਿੱਚ, ਕੰਪੈਟੀਬਿਲਟੀ ਦੇ ਵਿੱਚ ਆ ਰਿਹਾ। ਅੱਗੇ ਆ ਜਾਓ, ਸਬਜ਼ੀਆਂ ਦੇ ਵਿੱਚ ਇੱਕ ਗਰੁੱਪ ਸਬਜ਼ੀਆਂ ਦਾ ਐਸਾ ਆ ਜਿਹੜਾ ਅਸੀਂ ਭੁੱਲ ਕੇ ਵੀ ਨਹੀਂ ਖਾਣਾ, ਉਹ ਗਰੁੱਪ ਹੈਗਾ ਆ ਹਰੀ ਪੱਤੇ ਵਾਲੀ ਸਬਜ਼ੀ, ਯਾਨੀ ਕਿ ਸਾਗ, ਪਾਲਕ, ਮੇਥੀ, ਮੂਲੀ ਦਾ ਪੱਤਾ ਜਾਂ ਚਿਕੰਦਰ ਦਾ ਪੱਤਾ। ਹਰਾ ਪੱਤਾ ਤੁਸੀਂ ਨਹੀਂ ਖਾਣਾ, ਹਰੀ ਸਬਜ਼ੀ ਤੁਸੀਂ ਖਾ ਸਕਦੇ ਜਿੱਦਾਂ ਆਪਾਂ ਪਹਿਲਾਂ ਡਿਸਕਸ ਕੀਤਾ ਸੀ। ਸਾਗ ਪਾਲਕ 'ਚ ਪ੍ਰੋਬਲਮ ਕਿੱਥੇ ਆ? ਦੇਖੋ ਜਿਹੜਾ ਵਿਅਕਤੀ ਨੋਰਮਲ ਹੈ ਉਹਨੂੰ ਹਾਰਟ ਦੀ ਕੋਈ ਬਿਮਾਰੀ ਨਹੀਂ, ਜੇ ਉਹ ਸਾਗ ਪਾਲਕ ਖਾਂਦਾ ਆ ਤਾਂ ਉਹਦੇ ਹਾਰਟ ਲਈ ਚੰਗਾ ਆ, ਠੀਕ ਹੈ। ਲੇਕਿਨ ਜੇ ਅਸੀਂ ਸਾਗ ਪਾਲਕ ਖਾਂਦੇ ਹਾਂ ਤਾਂ ਸਾਡੇ ਸਰੀਰ ਦੀ ਜਿਹੜੀ ਕਲੋਟ ਕਰਨ ਦੀ, ਖੂਨ ਨੂੰ ਜਮਾਉਣ ਦੀ ਜਿਹੜੀ ਪਾਵਰ ਆ ਉਹ ਵੱਧ ਜਾਂਦੀ ਆ। ਲੇਕਿਨ ਅਸੀਂ ਖੂਨ ਦਾ ਕਲੋਟ ਨਾ ਬਣਨ ਵਾਲੀਆਂ ਦਵਾਈਆਂ ਹਾਰਟ ਦੇ ਪੇਸ਼ੈਂਟ ਨੂੰ ਵੀ ਨਾਲ ਨਾਲ ਦੇ ਰਹੇ ਹਾਂ। ਜਦੋਂ ਵੀ ਕਿਸੇ ਮਰੀਜ਼ ਨੂੰ ਹਾਰਟ ਅਟੈਕ ਜਾਂ ਹਾਰਟ ਦੀ ਕੋਈ ਪ੍ਰੋਬਲਮ ਹੁੰਦੀ ਹੈ, ਉਸ ਮਰੀਜ਼ ਨੂੰ ਹਮੇਸ਼ਾ ਖੂਨ ਪਤਲਾ ਰੱਖਣ ਵਾਲੀਆਂ ਅਤੇ ਖੂਨ ਨਾ ਜੰਮਣ ਵਾਲੀਆਂ ਜਿਹੜੀਆਂ ਆ ਉਹ ਦਵਾਈਆਂ ਨਾਲ ਦਿੱਤੀਆਂ ਜਾਂਦੀਆਂ। ਹੁਣ ਇੱਕ ਪਾਸੇ ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਖਾ ਲਈਆਂ, ਦੂਜੇ ਪਾਸੇ ਖੂਨ ਨੂੰ ਜਮਾਉਣ ਵਾਲਾ ਸਾਗ ਪਾਲਕ ਖਾ ਲਿਆ, ਇਹ ਦੋਵੇਂ ਚੀਜ਼ਾਂ ਕੰਬਾਈਨ ਹੋ ਕੇ ਤੁਹਾਡੇ ਸਰੀਰ ਦੇ ਵਿੱਚ ਜਿਹੜਾ ਹੈ ਪੋਟੈਸ਼ੀਅਮ ਨੂੰ ਵਧਾ ਦਿੰਦੀਆਂ ਆ ਅਤੇ ਤੁਹਾਡੇ ਦਵਾਈਆਂ ਦੇ ਨਾਲ ਵੀ ਇੰਟਰਫੇਅਰ ਕਰ ਜਾਂਦੀਆਂ। ਸੋ ਹਾਰਟ ਦੇ ਮਰੀਜ਼ ਨੇ ਸਾਗ, ਪਾਲਕ, ਮੇਥੀ, ਮੂਲੀ ਦਾ ਪੱਤਾ ਅਤੇ ਚਿਕੰਦਰ ਦਾ ਪੱਤਾ ਇਸ ਚੀਜ਼ ਦਾ ਪਰਹੇਜ਼ ਕਰਨਾ।
ਹਾਂ ਧਨੀਆ ਵਗੈਰਾ ਤੁਸੀਂ ਆਪਣੀ ਦਾਲ ਸਬਜ਼ੀ 'ਚ ਪਾ ਸਕਦੇ ਕਿਉਂਕਿ ਧਨੀਆ ਜਿਹੜਾ ਹੈ ਉਹ ਸਾਡਾ ਮਸਾਲਿਆਂ 'ਚ ਆਉਂਦਾ ਹੈ, ਉਹ ਸਾਡਾ ਸਬਜ਼ੀਆਂ 'ਚ ਨਹੀਂ ਆਉਂਦਾ। ਦੁਬਾਰਾ ਦੱਸਦੇ ਹਾਂ, ਜਿਸ ਵਿਅਕਤੀ ਨੂੰ ਹਾਰਟ ਦੀ ਪ੍ਰੋਬਲਮ ਨਹੀਂ, ਸਾਗ ਪਾਲਕ ਉਹਦੇ ਹਾਰਟ ਲਈ ਚੰਗਾ ਹੈ, ਪਰ ਜਿਸ ਵਿਅਕਤੀ ਨੂੰ ਹਾਰਟ ਦੀ ਪ੍ਰੋਬਲਮ ਹੈ, ਸਾਗ ਪਾਲਕ ਉਹਦੇ ਲਈ ਜਾਨਲੇਵਾ ਹੋ ਸਕਦਾ ਹੈ। ਇਸੇ ਕਰਕੇ ਹੀ ਸਰਦੀਆਂ ਦੇ ਵਿੱਚ ਹਾਰਟ ਅਟੈਕ ਜ਼ਿਆਦਾ ਆਉਂਦੇ ਨੇ, ਕਿਉਂਕਿ ਵਿਆਹ ਸ਼ਾਦੀਆਂ 'ਤੇ ਪਕੌੜੇ, ਘਰ ਦੇ ਵਿੱਚ ਬਣੀਆਂ ਪਿੰਨੀਆਂ, ਅਤੇ ਸਾਗ ਪਾਲਕ ਖਾਣੋਂ ਅਸੀਂ ਨਹੀਂ ਹਟਦੇ। ਠੀਕ ਹੈ ਜੀ, ਸੋ ਇਹਨਾਂ ਚੀਜ਼ਾਂ ਦਾ ਪਲੀਜ਼ ਧਿਆਨ ਰੱਖੋ। ਅਗਲਾ ਸਾਡਾ ਗਰੁੱਪ ਆ ਜਾਂਦਾ ਹੈ ਜੀ ਦੁੱਧ ਅਤੇ ਦੁੱਧ ਦੀਆਂ ਬਣੀਆਂ ਹੋਈਆਂ ਚੀਜ਼ਾਂ, ਜਿਹਦੇ ਵਿੱਚ ਅਸੀਂ ਗਾਂ ਦਾ ਦੁੱਧ ਜ਼ਿਆਦਾ ਪ੍ਰੈਫਰ ਕਰਾਂਗੇ, ਕਿਉਂਕਿ ਨੈਚੁਰਲੀ ਉਹਦੇ ਵਿੱਚ ਥੋੜ੍ਹੀ ਫੈਟ ਦੀ ਮਾਤਰਾ ਘੱਟ ਹੁੰਦੀ ਹੈ। ਫੈਟ ਮਾੜੀ ਨਹੀਂ, ਪਰ ਅਗਰ ਤੁਸੀਂ ਆਲਰੇਡੀ ਹਾਰਟ ਦੀ ਪ੍ਰੋਬਲਮ ਦੇ ਸ਼ਿਕਾਰ ਹੋ, ਮੋਟਾਪੇ ਦੇ ਸ਼ਿਕਾਰ ਹੋ, ਸ਼ੂਗਰ ਦੇ ਸ਼ਿਕਾਰ ਹੋ, ਤੁਹਾਡਾ ਖੂਨ ਗਾੜਾ ਹੈ, ਪੂਰੇ ਦਿਨ ਦੀ ਡਾਇਟ ਵਿੱਚ ਸਾਨੂੰ ਕੁਝ ਕੁ ਕੈਲਰੀਜ਼ ਤੁਹਾਡੀਆਂ ਘਟਾਉਣੀਆਂ ਪੈਣਗੀਆਂ, ਅਤੇ ਗਾਂ ਦਾ ਦੁੱਧ ਪੀਣਾ ਘੱਟ ਕੈਲਰੀ ਕੰਜ਼ਿਊਮ ਕਰਨ ਵਾਸਤੇ ਚੰਗਾ ਆ, ਕਿਉਂਕਿ ਮੱਝ ਦੇ ਦੁੱਧ 'ਚ ਜਿਹੜੀਆਂ ਕੈਲਰੀਜ਼ ਜ਼ਿਆਦਾ ਹੁੰਦੀਆਂ। ਇੱਕ ਹੋਰ ਚੀਜ਼ ਧਿਆਨ ਦੇਣ ਵਾਲੀ, ਇੱਥੇ ਹਾਰਟ ਦਾ ਪੇਸ਼ੈਂਟ ਜਿਹੜਾ ਹੈ ਉਹਨੇ ਦੁੱਧ ਵਾਲਾ ਪਨੀਰ ਨਹੀਂ ਖਾਣਾ, ਦੁੱਧ ਵਾਲਾ ਪਨੀਰ ਜਿਹੜਾ ਉਹਦੇ ਲਈ ਨੁਕਸਾਨਦੇਹ ਹੈ। ਹਾਰਟ ਦਾ ਮਰੀਜ਼ ਅਗਰ ਖੰਘ ਰੇਸ਼ਾ ਨਹੀਂ ਹੈ ਤਾਂ ਘੱਟ ਮਾਤਰਾ 'ਚ ਦਹੀਂ ਲੱਸੀ ਲੈ ਸਕਦਾ, ਪਰ ਹਮੇਸ਼ਾ ਯਾਦ ਰੱਖਿਓ ਦੁੱਧ ਛੋਟੇ ਕੱਪ 'ਚ, ਲੱਸੀ ਛੋਟੇ ਗਲਾਸ 'ਚ, ਅਤੇ ਦਹੀਂ ਛੋਟੀ ਕੌਲੀ 'ਚ। ਹੁਣ ਜਿਹੜੇ ਉਹ ਤੁਹਾਡੇ ਘਰਾਂ ਦੇ ਵਿੱਚ ਗਿੱਠ ਗਿੱਠ ਲੰਬੇ ਜਿਹੜੇ ਲੱਸੀਆਂ ਵਾਲੇ ਗਲਾਸ ਆ, ਉਹ ਹੁਣ ਤੁਹਾਡੇ ਵਰਤਣ ਯੋਗ ਨਹੀਂ ਹੈਗੇ, ਉਹਨਾਂ ਨੂੰ ਛੱਡ ਦਿਓ, ਉਹਨਾਂ ਦੇ ਵਿੱਚ ਦੁੱਧ ਅਤੇ ਲੱਸੀ ਪੀਣਾ ਬੰਦ ਕਰ ਦਿਓ। ਗਾਂ ਦਾ ਦੁੱਧ ਪੀਓ, ਪੀਓ ਘੱਟ ਮਾਤਰਾ 'ਚ, ਲੈ ਤੁਸੀਂ 2-3 ਵਾਰ ਸਕਦੇ ਹਾਂ ਦਿਨ ਦੇ ਵਿੱਚ। ਠੀਕ ਹੈ, ਹੁਣ ਇਸ ਤੋਂ ਅੱਗੇ ਆ ਜਾਂਦਾ ਹੈ ਜੀ ਸਾਡਾ ਫਰੂਟ ਦਾ ਗਰੁੱਪ। ਹੁਣ ਦੇਖੋ, ਫਰੂਟ ਦਾ ਗਰੁੱਪ ਦੁਬਾਰਾ ਬਹੁਤ ਹੀ ਟੈਕਨੀਕਲੀ ਤਰੀਕੇ ਨਾਲ ਸਮਝਣ ਵਾਲਾ ਗਰੁੱਪ ਹੈ। ਅਗਰ ਤੁਹਾਨੂੰ ਸ਼ੂਗਰ ਹੈ ਨਾਲ ਹਾਰਟ ਦੀ ਪ੍ਰੋਬਲਮ ਹੈ ਅਤੇ ਤੁਹਾਡਾ ਖੂਨ ਗਾੜਾ ਹੈ, ਵਜ਼ਨ ਜ਼ਿਆਦਾ ਹੈ, 3-4 ਮਹੀਨਿਆਂ ਲਈ ਫਰੂਟ ਦਾ ਖੇੜਾ ਛੱਡ ਦਿਓ, ਕਿਉਂਕਿ ਫਰੂਟ ਦੇ ਵਿੱਚ ਬਹੁਤ ਅੱਛੀ ਮਾਤਰਾ 'ਚ ਫਾਈਬਰ, ਐਂਟੀਆਕਸੀਡੈਂਟ, ਵਿਟਾਮਿਨ, ਮਿਨਰਲ ਸਾਨੂੰ ਮਿਲਦੇ ਨੇ, ਜੋ ਕਿ ਸਾਡੇ ਹਾਰਟ ਲਈ ਤਾਂ ਚੰਗੇ ਨੇ, ਪਰ ਤੁਹਾਡੇ ਸਰੀਰ ਦੇ ਵਿੱਚ ਵਜ਼ਨ, ਖੂਨ ਗਾੜਾ ਅਤੇ ਸ਼ੂਗਰ ਦੀ ਆਲਰੇਡੀ ਹੀ ਬਹੁਤ ਵਾਧ ਆ, ਬਹੁਤ ਜ਼ਿਆਦਾ। ਠੀਕ ਹੈ, ਇਸ ਕਰਕੇ ਆਪਾਂ ਇਹਨਾਂ ਚੀਜ਼ਾਂ ਨੂੰ ਪਹਿਲਾਂ ਕੰਟਰੋਲ 'ਚ ਕਰੀਏ, ਉਦੋਂ ਬਾਅਦ ਫਲ ਫਰੂਟ ਬਾਰੇ ਸੋਚਾਂਗੇ। ਹੁਣ ਜਿਹੜੇ ਮਰੀਜ਼ ਸ਼ੂਗਰ ਦੇ ਮਰੀਜ਼ ਨਹੀਂ ਹੈਗੇ ਪਰ ਉਹਨੂੰ ਹਾਰਟ ਦੀ ਪ੍ਰੋਬਲਮ ਆ, ਫਰੂਟ ਅਸੀਂ ਖਾ ਸਕਦੇ ਹਾਂ, ਲੇਕਿਨ ਖਾਣਾ ਜਿਹੜਾ ਫਰੂਟ ਗਲਾਈਸੀਮਿਕ ਇੰਡੈਕਸ 'ਤੇ ਘੱਟ ਆ ਅਤੇ ਜਿਹੜਾ ਫਰੂਟ ਗਲਾਈਸੀਮਿਕ ਲੋਡ ਵਿੱਚ ਵੀ ਘੱਟ ਆ ਉਹ ਖਾਣਾ, ਯਾਨੀ ਕੇਲਾ, ਲੀਚੀ, ਹਰੇ ਅੰਗੂਰ, ਚੀਕੂ, ਇਹੋ ਜਿਹੇ ਫਰੂਟ ਆਪਾਂ ਨਹੀਂ ਖਾਣੇ, ਪਪੀਤਾ, ਸੇਬ, ਹਰਾ ਸੇਬ, ਬੱਬੂ ਗੋਸ਼ਾ, ਅਮਰੂਦ, ਇਹੋ ਜਿਹੇ ਫਰੂਟ ਜਿਹੜੇ ਅਸੀਂ ਖਾ ਸਕਦੇ ਹਾਂ ਜਿਨ੍ਹਾਂ 'ਚ ਫਾਈਬਰ ਜ਼ਿਆਦਾ ਆ ਅਤੇ ਮਿੱਠਾ ਘੱਟ ਆ। ਠੀਕ ਹੈ, ਸੋ ਫਰੂਟ ਜੈਜ ਮਾਤਰਾ 'ਚ ਖਾਣਾ ਆ, ਸਬਜ਼ੀਆਂ ਵਾਲੇ ਪਾਸੇ ਆਪਾਂ ਜ਼ਿਆਦਾ ਧਿਆਨ ਦੇਣਾ ਆ। ਇਸ ਤੋਂ ਇਲਾਵਾ ਲਾਸਟ ਵਿੱਚ ਸਾਡੇ ਕੋਲ ਆ ਜਾਂਦੇ ਜੀ ਪ੍ਰੋਟੀਨ ਦੇ ਸੋਰਸਿਸ। ਪ੍ਰੋਟੀਨ ਦੇ ਸੋਰਸਿਸ ਦੇ ਵਿੱਚ ਆਪਾਂ ਜ਼ਿਆਦਾ ਫੈਟ ਵਾਲਾ ਜਿਹੜਾ ਮੀਟ ਆ ਉਹ ਆਪਾਂ ਅਵੋਇਡ ਕਰਨਾ। ਹੁਣ ਇਹਦੇ ਵਿੱਚ ਸਭ ਤੋਂ ਜ਼ਰੂਰੀ ਆ ਜਾਂਦਾ ਆ ਬੱਕਰੇ ਦਾ ਮੀਟ। ਬੱਕਰੇ ਦਾ ਮੀਟ ਹਾਰਟ ਦੇ ਪੇਸ਼ੈਂਟ ਨੂੰ ਬਿਲਕੁਲ ਮਨਾ ਆ, ਉਹਨੇ ਨਹੀਂ ਖਾਣਾ, ਉਹਦੇ ਵਿੱਚ ਫੈਟ ਦੀ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਚਿਕਨ ਅਸੀਂ ਖਾ ਸਕਦੇ ਹਾਂ, ਪਰ ਚਿਕਨ ਦੇ ਵਿੱਚ ਵੀ ਅਸੀਂ ਲੈਗ ਅਤੇ ਥਾਈ ਪੱਟ ਦੇ ਪੀਸ ਜਿਹੜੇ ਅਵੋਇਡ ਕਰਾਂਗੇ, ਕਿਉਂਕਿ ਉਹਨਾਂ ਵਿੱਚ ਫੈਟ ਜ਼ਿਆਦਾ ਹੁੰਦੀ ਹੈ। ਆਪਾਂ ਚਿਕਨ ਚੈਸਟ, ਚਿਕਨ ਬ੍ਰੈਸਟ ਵਾਲੇ ਜਿਹੜੇ ਪੀਸ ਆ ਉਹਨਾਂ ਨੂੰ ਜ਼ਿਆਦਾ ਖਾ ਸਕਦੇ ਹਾਂ, ਜ਼ਿਆਦਾ ਦਾ ਮਤਲਬ 100-125 ਗ੍ਰਾਮ ਦੀ ਮਾਤਰਾ 'ਚ ਆਪਾਂ ਉਹਨੂੰ ਖਾ ਸਕਦੇ ਹਾਂ। ਉਹ ਲੀਨ ਪ੍ਰੋਟੀਨ ਆ, ਉਹਦੇ 'ਚ ਫੈਟ ਦੀ ਮਾਤਰਾ ਨਹੀਂ ਹੁੰਦੀ, ਵੀਕਨੈਸ ਨੂੰ ਕਵਰ ਕਰਨ ਵਾਸਤੇ ਬਹੁਤ ਵਧੀਆ। ਲੇਕਿਨ ਸਬਜ਼ੀਆਂ ਵਾਂਗੂ ਹੀ ਚਿਕਨ ਨੂੰ ਆਪਾਂ ਸਟੀਮ ਜਾਂ ਬੋਇਲ ਕਰਕੇ ਖਾਣਾ ਆ, ਇਹਨੂੰ ਤੁੜਕਾ ਲਾ ਕੇ ਦੇਸੀ ਘਿਓ 'ਚ ਤਰੀ ਵਾਲਾ ਚਿਕਨ ਜਿੱਦਾਂ ਅਸੀਂ ਖਾਣਾ ਪਸੰਦ ਕਰਦੇ ਉੱਦਾਂ ਨਹੀਂ ਬਣਾਉਣਾ, ਇਹਨੂੰ ਫਰਾਈ ਨਹੀਂ ਕਰਨਾ ਬਾਜ਼ਾਰ ਵਾਲਾ, ਅਤੇ ਗਾੜੀ ਗ੍ਰੇਵੀ ਵਾਲਾ ਨਹੀਂ ਆਪਾਂ ਚਿਕਨ ਖਾਣਾ। ਹੁਣ ਆ ਜਾਓ ਫਿਸ਼। ਫਿਸ਼ ਦੇ ਵਿੱਚ ਜਿਹੜੀ ਫੈਟੀ ਫਿਸ਼ ਹੋਊਗੀ, ਚਰਬੀ ਵਾਲੀ ਫਿਸ਼ ਹੋਊਗੀ, ਅਸੀਂ ਉਹ ਪ੍ਰੈਫਰ ਕਰਾਂਗੇ। ਹੁਣ ਦੇਖੋ, ਮੀਟ ਚਰਬੀ ਵਾਲਾ ਅਸੀਂ ਨਹੀਂ ਖਾਣਾ, ਚਿਕਨ ਅਸੀਂ ਫੈਟ ਤੋਂ ਘੱਟ ਘੱਟ ਫੈਟ ਵਾਲਾ ਖਾਣਾ, ਪਰ ਫਿਸ਼ ਜਿਹੜੀ ਅਸੀਂ ਫੈਟ ਵਾਲੀ ਖਾਣੀ। ਕਿਉਂ? ਕਿਉਂਕਿ ਫਿਸ਼ ਦੀ ਫੈਟ ਦੇ ਵਿੱਚ ਓਮੇਗਾ 3 ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਓਮੇਗਾ 3 ਜਿਹੜਾ ਹੈ ਉਹ ਹਾਰਟ ਵਾਸਤੇ ਬਹੁਤ ਹੀ ਬੈਨੀਫਿਸ਼ਲ ਆ। ਸੋ ਫਿਸ਼ ਜਿਹੜੀ ਆ ਉਹ ਆਪਾਂ ਫੈਟ ਵਾਲੀ ਖਾ ਸਕਦੇ ਹਾਂ। ਇਸ ਤੋਂ ਇਲਾਵਾ ਆ ਜਾਂਦਾ ਹੈ ਐੱਗ ਵਾਈਟ, ਯਾਨੀ ਕਿ ਅੰਡੇ ਦਾ ਸਫੇਦ ਹਿੱਸਾ। ਅੰਡੇ ਦਾ ਸਫੇਦ ਹਿੱਸਾ ਸਭ ਤੋਂ ਬੈਸਟ ਪ੍ਰੋਟੀਨ ਹੈ, ਕਿਉਂਕਿ ਇਹਦੇ 'ਚ ਇੱਕ ਤਾਂ ਫੈਟ ਹੈ ਨਹੀਂ, ਦੂਸਰਾ ਇਹ ਰਿਕਵਰੀ ਕਮਜ਼ੋਰੀ ਵਾਸਤੇ ਬਹੁਤ ਵਧੀਆ ਮੰਨਿਆ ਗਿਆ ਹੈ। ਕਦੀ ਵੀ ਯਾਦ ਰੱਖਿਓ, ਅੰਡੇ ਅਸੀਂ ਉਨੇ ਖਾ ਸਕਦੇ ਹਾਂ ਇੱਕ ਦਿਨ 'ਚ, ਅੰਡੇ ਦੇ ਚਿੱਟੇ ਹਿੱਸੇ ਅਸੀਂ ਉਨਾ ਹੀ ਖਾ ਸਕਦੇ ਹਾਂ ਜਿੰਨੀ ਸਾਨੂੰ ਜ਼ਿਆਦਾ ਕਮਜ਼ੋਰੀ ਹੈ। ਇਹਦਾ ਮਤਲਬ ਜੇ ਸਾਨੂੰ ਕਮਜ਼ੋਰੀ ਬਹੁਤ ਜ਼ਿਆਦਾ ਹੈ ਅਸੀਂ 6-8 ਅੰਡਿਆਂ ਦਾ ਚਿੱਟਾ ਹਿੱਸਾ ਰੋਜ਼ ਖਾ ਸਕਦੇ ਹਾਂ। ਅਗਰ ਦਰਮਿਆਨਾ ਜੇ ਲੈਵਲ ਦੀ ਕਮਜ਼ੋਰੀ ਹੈ ਤਾਂ 4-5 ਅੰਡੇ ਅਸੀਂ ਵਾਈਟ ਹਿੱਸਾ ਰੋਜ਼ ਖਾ ਸਕਦੇ ਹਾਂ। ਅਗਰ ਘੱਟ ਕਮਜ਼ੋਰੀ ਹੈ ਤਾਂ 2-3 ਅੰਡਿਆਂ ਆਪਾਂ 2-3 ਅੰਡਿਆਂ ਦਾ ਵਾਈਟ ਹਿੱਸਾ ਡੇਲੀ ਖਾ ਸਕਦੇ ਹਾਂ, ਲੇਕਿਨ ਪੀਲਾ ਹਿੱਸਾ ਆਪਾਂ, ਜਰਦੀ ਵਾਲਾ ਹਿੱਸਾ ਆਪਾਂ ਨਹੀਂ ਖਾਵਾਂਗੇ। ਠੀਕ ਹੈ ਜੀ। ਸੋ ਇਸ ਤੋਂ ਇਲਾਵਾ ਹੁਣ ਜਿਹੜੇ ਵੈਜੀਟੇਰੀਅਨ ਲੋਕ ਆ, ਅਗਰ ਤੁਹਾਨੂੰ ਕੋਈ ਖੰਘ ਰੇਸ਼ਾ ਦੀ ਪ੍ਰੋਬਲਮ ਨਹੀਂ ਤਾਂ ਤੁਸੀਂ ਆਪਣੇ ਡਾਕਟਰ ਤੋਂ ਕੋਈ ਪ੍ਰੋਟੀਨ ਪਾਊਡਰ ਵੀ ਲਿਖਾ ਸਕਦੇ ਹੋ, ਨਹੀਂ ਤਾਂ ਤੁਸੀਂ ਅੰਡਾ ਖਾ ਸਕਦੇ। ਅਗਰ ਤੁਸੀਂ ਬਿਲਕੁਲ ਵੀ ਅੰਡਾ ਚਿਕਨ ਨਹੀਂ ਖਾਣਾ ਚਾਹੁੰਦੇ, ਸਿਰਫ ਅਤੇ ਸਿਰਫ ਤੁਹਾਡੇ ਕੋਲ ਪ੍ਰੋਟੀਨ ਦਾ ਜਿਹੜਾ ਸੋਰਸ ਹੈ, ਤਾਕਤ ਦਾ ਜਿਹੜਾ ਸਾਧਨ ਹੈ, ਉਹ ਤੁਹਾਡੇ ਕੋਲ ਬਚਦਾ ਹੈ ਥੋੜ੍ਹਾ ਬਹੁਤ ਦੁੱਧ ਅਤੇ ਜਾਂ ਦਾਲਾਂ। ਸੋ ਇਹਦੇ ਵਿੱਚ ਆਪਾਂ ਕੀ ਕਰਾਂਗੇ, ਦਾਲਾਂ ਜ਼ਿਆਦਾ ਖਾਵਾਂਗੇ, ਅਨਾਜ ਅਸੀਂ ਘੱਟ ਖਾਵਾਂਗੇ, ਸਬਜ਼ੀਆਂ ਵੀ ਜ਼ਿਆਦਾ ਖਾਵਾਂਗੇ। ਇਸ ਤੋਂ ਇਲਾਵਾ ਮੈਂ ਆਮ ਤੌਰ 'ਤੇ ਇਸ ਚੀਜ਼ ਨੂੰ ਬਿਲਕੁਲ
खा सकते हो, या सोयाबीन की न्यूट्री सब्जी के रूप च या सूप के ऐड करके रोजाना थोड़ा थोड़ा लै सकते हो जदों तक ताड़ी कमजोरी कवर नहीं हो जाती। एक बार ताड़ी कमजोरी कवर हो जाती है उस तो बाद सोया प्रोडक्ट आप जिन्ने घट खावे उन्ना साढ़े लिए चंगा, क्योंकि सोया प्रोडक्ट बहुत ही ज़्यादा रिफाइंड होंगे, बहुत ही ज़्यादा प्रोसैसड किए हुए होंगे। इस करके वीकनेस कवर करने लिए मौका सारण लिए अगर असी नॉनवेज नहीं खाते तो आप थोड़े दिन सोया पनीर खा के थोड़ी जी ताकत गेन करा, उस तो बाद छड़ देंगे। सो यदा मतलब असी रोटी घट खानी है, दाल सब्जी बिना तड़के तो खानी है, लेकिन वो आप हल्के मसाले पा सकते हैं। दाल सब्जी उत्ते ज़्यादा डिपेंडेंट रहना है। रोजाना प्रोटीन का कुछ अच्छा सोर्स आप अपनी डाइट में जरूर रखना है। नट सीड्स यानी कि बदाम अखरोट तेल अलसी आप अपनी डाइट के रोजाना रखने हैं। फ्रूट आप सिर्फ तो सिर्फ ता खाना अगर साड़ी शूगर नहीं हैगी सानू, या साड़ी शूगर बिल्कुल स्टेबल है तो साड़ा खून गाढ़ा नहीं है, ठीक है। किसी भी दाल सब्जी असी तुड़का नहीं लाना। सब तो बेस्ट तेल साढ़े वास्ते लोहे के डब्बे वाला जैतून का तेल, उन्होंने कच्चे रूप ही खाना है। तो नंबर दो ते अलसी का तेल, उन्होंने भी असी बिना साड़े बिना पकाए कच्चे रूप दे विच ही असी उन्होंने खाना है। दुध हमेशा घट मात्रा च लवेंगे, लवेंगे दिन च दो तीन बारी। दुध दे विच भी सौंफ, इलायची, हल्दी, दालचीनी पा के असी रोजाना लै सकते हैं। सो इस प्रकार की डाइट अगर हार्ट का मरीज रखेगा तो अपनियां दवाइयां दे नाल बेस्ट बेनीफिट उन्होंने मिलेगा, तो उसकी जिहड़ी प्रॉब्लम है वो कंट्रोल च रहेगी। सो दोस्तों मैं उम्मीद करदा तुहानू ये वीडियो चंगी लगी होएगी। कार्डियोवैस्कुलर हार्ट डिजीज़ की प्लेलिस्ट दे विच साडी आखिरी वीडियो सी, इसे करके असी पूरियां डाइटरी गाइडलाइनस एक वीडियो दे विच इकट्ठियां करके तुहानू दित्तियां ने। अगर तुसी अपने निकट वर्तियां दी जिन्हां नू हार्ट की प्रॉब्लम है, या तुहाडे घर च अगर कोई पेशेंट है जिन्हों हार्ट की प्रॉब्लम है, अगर वाकई ही तुसी उन्हां दी सेहत का ख्याल रखते हो, अगर वाकई ही तुहानू परवाह है उन्हां दी, ते तुसी आ सारियां वीडियोज़ जिहड़ियां आ उन्हां नू जरूर दिखाओगे, खुद भी देखोगे, जानकारी नू वध तो वध शेयर करोगे अपने दोस्तों के नाल ते अपने निकट वर्तियां नाल जिन्हां दी तुसी परवाह करते हो। इस चैनल के उपर होर भी बहुत सारा इनफॉर्मेटिव कंटेंट पिया है, अगर तुम उन्होंने भी देख सकते हैं तो आड़ी जानकारी बहुत वाधा होएगा। अगेन बेनती करते हैं अगर तुम्हें यह चैनल अच्छा लगता है यूट्यूब चैनल के उपर जाके चैनल में सबसक्राइब करो, नोटिफिकेशन बैल आइकन जरूर दबियो, फेसबुक के उपर मैं इरुडाइट न्यूट्रीशन से फॉलो करो, मेरा पेज लाइक करो, इंस्टाग्राम के उपर भी इरुडाइट न्यूट्रीशन से मैं फॉलो करो। कोई भी सवाल कोई भी शंका तुहाडे मन च होवे इरुडाइट न्यूट्रीशन के नाल संपर्क कर सकते हो। मैं तुहानू मिलूंगा अगली वीडियो के विच, उदों तक वास्ते तुसी अपना रखो ख्याल, टेक केयर।